ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਨਵਦੀਪ ਫਰੋਮ ਸਿਲਵਰ ਫਨ ਐਜੂਕੇਸ਼ਨ, ਅਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਅੱਜ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ਖਬਰੀ ਵੱਡੀ ਲੈ ਕੇ ਆ ਰਹੇ ਹਾਂ, ਕਿਉਂਕਿ ਆਉਣ ਵਾਲੇ ਟਾਈਮਾਂ ਦੇ ਵਿੱਚ ਹੁਣ GTE ਨੂੰ ਹਟਾ ਕੇ ਜਿਹੜਾ ਜੈਨੂਅਨ ਸਟੂਡੈਂਟ ਦੀ ਐਂਟਰੀ ਉਹਨਾਂ ਨੇ ਕਰ ਦਿੱਤੀ ਹੈ, ਉਹਦੇ ਵਿੱਚ ਇੱਕ ਬਹੁਤ ਵੱਡਾ ਬੈਨੀਫਿਟ ਮਿਲਣ ਵਾਲਾ ਆ ਬੱਚਿਆਂ ਨੂੰ, ਕਿ ਇਮੀਗ੍ਰੇਸ਼ਨ ਦੇ ਹੱਥ ਦੇ ਵਿੱਚ ਥੋੜ੍ਹਾ ਜਿਹਾ ਕੰਟਰੋਲ ਵੱਧ ਗਿਆ ਬੱਚੇ ਦੀ ਐਪਲੀਕੇਸ਼ਨ ਨੂੰ ਡਿਸਾਈਡ ਕਰਨ ਦੇ ਵਿੱਚ। ਉਹਦਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਬੱਚਿਆਂ ਨੂੰ ਇਹ ਮਿਲੂਗਾ ਕਿ ਜਿਹੜਾ ਤਾਂ ਕੋਈ ਜੈਨੂਅਨ ਬੱਚਾ ਆ ਉਹਨੂੰ ਰਿਫਿਊਜ਼ਲ ਨਹੀਂ ਦੇਖਣਾ ਪਊਗਾ, ਜਿੰਨਾ ਕਿ ਪਹਿਲਾਂ ਬੱਚਿਆਂ ਨੂੰ ਆਪਣੇ ਆਫਰ ਲੈਟਰ ਤੋਂ ਬਾਅਦ GTE ਕਲੀਅਰ ਕਰਨ ਦੇ ਵਿੱਚ ਹੀ ਇੱਕ ਵਾਰੀ ਸਾਰਾ ਜ਼ੋਰ ਲੱਗ ਜਾਂਦਾ ਸੀਗਾ। ਉਹ ਹੁਣ ਇੱਕ ਥੋੜ੍ਹਾ ਜਿਹਾ ਬੱਚੇ ਨੂੰ ਠੱਲ ਮਿਲੂਗੀ, ਥੋੜ੍ਹਾ ਜਿਹਾ ਹੌਸਲਾ ਮਿਲੂਗਾ ਬੱਚੇ ਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾਜ਼ ਚੰਗੇ ਨੰਬਰਸ ਦੇ ਉੱਤੇ ਲੱਗਣਗੇ। ਪਲੱਸ ਜੇ ਤੁਸੀਂ ਕਾਮਰਸ ਦੇ ਨੌਨ ਮੈਡੀਕਲ ਜਾਂ ਮੈਡੀਕਲ ਦੇ ਬੱਚੇ ਹੋ, 2024 ਦੇ ਵਿੱਚ ਤੁਸੀਂ ਪਾਸ ਆਊਟ ਕੀਤਾ ਆ, ਤਾਂ ਓਬਵੀਅਸਲੀ ਜੇ ਤੁਸੀਂ ਰਿਜ਼ਲਟ ਦੀ ਹਜੇ ਵੇਟ ਕਰ ਰਹੇ ਇਸ ਵੀਡੀਓ ਦੇ ਦੌਰਾਨ, ਤਾਂ ਤੁਸੀਂ ਆਪਣਾ IELTS ਜਾਂ PTE ਘੱਟੋ ਘੱਟ 6 ਓਵਰਆਲ ਨੋਟ ਲੈਸ ਦੈਨ 5.5 ਬੈਂਡ ਸਕੋਰ ਲੈ ਕੇ ਆਪਣਾ ਕਲੀਅਰ ਕਰੋ, ਤਾਂ ਓਬਵੀਅਸਲੀ ਤੁਸੀਂ ਇੱਕ ਚੰਗੀ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਸਕੋਗੇ ਅਤੇ ਆਪਣਾ ਅਪਰੂਵਲ ਰੇਟ ਵੀ ਹਾਈ ਰੱਖ ਸਕੋਗੇ। ਇਸ ਤੋਂ ਇਲਾਵਾ ਇੱਕ ਚੀਜ਼ ਦਾ ਧਿਆਨ ਹੋਰ ਰੱਖਣਾ ਪੈਣਾ ਕਿ ਜਿਹੜੇ ਲੈਵਲ 1 ਦੀਆਂ ਯੂਨੀਵਰਸਿਟੀਜ਼ ਆ ਉਹਨਾਂ ਦਾ ਜਿਹੜਾ ਅਪਰੂਵਲ ਰੇਟ ਆ ਉਹ ਤਾਂ ਵਧੀਆ ਹੈਗਾ ਹੀ ਹੈਗਾ ਆ, ਪਲੱਸ ਲੈਵਲ 1 ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦਾ ਫਾਇਦਾ ਇਹ ਆ ਕਿ ਉਹਨਾਂ ਦਾ ਜਿਹੜਾ ਰਿਸਪੋਂਸ ਟਾਈਮ ਆ, ਇਮੀਗ੍ਰੇਸ਼ਨ ਦਾ ਜਿਹੜਾ ਰਿਸਪੋਂਸ ਟਾਈਮ ਆ, ਐਪਲੀਕੇਸ਼ਨ ਦੇ ਉੱਤੇ ਡਿਸੀਜਨ ਲੈਣ ਦਾ ਟਾਈਮ ਆ, ਉਹ ਵੀ ਵੈਰੀ ਕੁਇਕ ਆ ਐਜ਼ ਕੰਪੇਅਰ ਟੂ ਲੈਵਲ 2 ਜਾਂ ਲੈਵਲ 3 ਦੀ ਯੂਨੀਵਰਸਿਟੀ। ਸੋ ਮੇਰਾ 2024 ਦੇ ਪਾਸ ਆਊਟ ਬੱਚਿਆਂ ਨੂੰ ਇੱਕੋ ਇੱਕ ਮੈਸੇਜ ਆ ਕਿ ਕੋਸ਼ਿਸ਼ ਕਰਿਓ, ਜੇ ਤੁਸੀਂ ਆਸਟ੍ਰੇਲੀਆ ਹੀ ਜਾਣ ਦਾ ਸੁਪਨਾ ਪੂਰਾ ਕਰਨਾ ਆ, ਰਿਫਿਊਜ਼ਲ ਨਾ ਲਿਓ। ਰਿਫਿਊਜ਼ਲ ਲੈਣ ਦਾ ਮਤਲਬ ਇਹ ਆ ਕਿ ਤੁਸੀਂ ਰੀਅਪਲਾਈ ਕਰੋਗੇ, ਚਾਹੇ 2 ਵਾਰੀ 4 ਵਾਰੀ 5 ਵਾਰੀ ਕਰ ਲਓ, 99% ਤੁਹਾਡਾ ਰਿਪੀਟਡਲੀ ਰਿਫਿਊਜ਼ਲ ਹੀ ਆਊਗਾ। ਸੋ ਪਹਿਲੀ ਵਾਰੀ ਤੁਸੀਂ ਤੀਰ ਮਾਰਨਾ, ਤੁੱਕਾ ਨਹੀਂ ਮਾਰਨਾ, ਇਸ ਕਰਕੇ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਿਓ। ਹੁਣ ਨੰਬਰਸ ਤਾਂ ਤੁਹਾਡੇ ਹੱਥ 'ਚੋਂ ਨਿਕਲ ਗਏ, ਤੁਸੀਂ ਜੋ ਐਗਜ਼ਾਮਸ 'ਚ ਕਰ ਰਹੇ ਹੋ ਉਹ ਰਿਜ਼ਲਟ ਆਊਗਾ ਓਬਵੀਅਸਲੀ, ਪਰ ਆਪਣੀ IELTS ਜਾਂ PTE ਜੋ ਵੀ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਸਕੋਰ ਵਧੀਆ ਕਰ ਲਓ, ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਐਡਮਿਸ਼ਨ ਲੈਣੀ ਸੌਖੀ ਹੋ ਜਾਵੇ। ਇਹਦੇ ਤੋਂ ਇਲਾਵਾ ਤੁਹਾਡਾ ਹੋਰ ਕੋਈ ਵੀ ਕੁਐਸਚਨ ਹੋਵੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਨੂੰ ਲੈ ਕੇ, ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਸਾਡਾ ਨੰਬਰ ਹੈਗਾ ਜੀ 82 84 82 90 02। ਮਿਲਦੇ ਆਪਾਂ ਇਹੋ ਜਿਹੇ ਇੱਕ ਹੋਰ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਬੈਸਟ ਆਫ ਲੱਕ।